ਉੱਥੇ ਦੀ ਮੇਨ ਅੰਮਾ ਜੱਜੋ। ਚੰਗੀ ਭਲੀ ਸਾ ਬਸ ਦੂਸਰੀ ਇੰਡੋਸ ਤੋਂ ਬਾਅਦ ਹੀ ਇੰਜੋਏ ਆ ਜੀ। ਬਸ ਜੀ ਜੀ ਕੋ ਲਿਖਾ ਨਹੀਂ ਮੈਂ ਨਹੀਂ ਭੇਜਣੀ ਕੁੜੀ ਨਾ ਆਉੜੇ ਹੋ ਕੇ ਤੁਸੀਂ ਚਾਰ ਤਾਂ ਕਹਿ ਕੇ ਛੇ ਜਣੇ ਹੋ ਗਏ ਕੀ ਮਾਰਦੇ ਰਹੇ ਹੋ ਉਹਨੇ ਮੈਂ ਪੱਕਾ ਪੈਂਚਰ ਲਵਾਇਆ ਬੰਦ ਕਰ ਹੁਣ ਨਕੇਲ ਮੈਂ ਫੋਨ ਸੁਣਨਾ ਅਨਾ ਹੁਣ ਕੀ ਹੈ ਹਾਂ ਅਨਾ ਮੈਂ ਫੋਨ ਆਇਆ ਜੀ ਹੈਲੋ ਕੀ ਮੂੰਹ ਨਹੀਂ ਖੋਲਦੀ ਇਹਦੇ ਨਾਲ ਗੱਲ ਕਰਾਓ ਨੀ ਮੂੰਹ ਕਿਉਂ ਨਹੀਂ ਖੋਲਦੀ ਪਈ ਨੀ ਇਹਨਾਂ ਨਾਲ ਗੱਲ ਕਰਾ ਤੁਸੀਂ ਖਰਾਬ ਦਾ ਕੰਮ ਕਰਦੇ ਕੰਮ ਸੇ ਕੰਮ ਹਜ਼ਾਰ ਤੇ ਧੋ ਲਓ ਨਾ ਜਿਨਾਨੇ ਵੀ ਤੇ ਇਨਸਾਨ ਹੁੰਦੇ ਨੇ ਕਿਸ ਤਰ੍ਹਾਂ ਉਹ ਗਰੀਸ ਵਾਲੀਆਂ ਸ਼ੈਵਾਂ ਐ ਲੈ ਵੇ ਫੜ ਉਹ ਤੁਸੀਂ ਜਿਹੜੀ ਉਲਟੀ ਕੀਤੀ ਨਾ ਉਹ ਮੇਰੀ ਧੀ ਦਹੀਂ ਭੁੱਲੇ ਸਮਝ ਕੇ ਖਾਂਦੀ ਰਹੀ ਅੰਮਾ ਹਾਂ ਇਹ ਸਲੀਮੋ ਨੇ ਬੜੀ ਅੱਤ ਚੁੱਕੀ ਆ ਕੀ ਗੱਲ ਨਹੀਂ ਸਲੀਮੋ ਆਏ ਅੰਮਾ ਚੰਗੇ ਫੰਕਸ਼ਨ ਰੂਪਾਂ ਨੂੰ ਤੇ ਜਿਹੜੇ ਭੈੜੇ ਫੰਕਸ਼ਨ ਨੇ ਮੈਨੂੰ ਦੇ ਦੇਣੀ ਤੂੰ ਧੀਏ ਤੈਨੂੰ ਦਿੱਤਾ ਤਾਂ ਸਹੀ ਸੀ ਫੰਕਸ਼ਨ ਕਲਾਸ ਕੇ ਦਾ ਹਾਂ ਇਹ ਲੰਗੜੀ ਹੈਗੀ ਏ ਉਹਨਾਂ ਦੇ ਚੌਧਰੀ ਦਾ ਪੈਰ ਮਿੱਤਾ ਹੀ ਅੰਮਾ ਮੈਂ ਨਹੀਂ ਹੁਣ ਕਲਾਸ ਕੇ ਫੰਕਸ਼ਨ ਕਰਨ ਜਾਣਾ ਹਾਂ ਉਹਨੇ ਉੱਥੇ ਰੁਪਈਏ ਨਹੀਂ ਹੋਏ ਜਿੰਨੀਆਂ ਉੱਥੇ ਉਂਗਲਾਂ ਹੋਈਆਂ ਨੀ ਮੈਨੂੰ ਤੇ ਨਾ ਦੱਸ ਨਹੀਂ ਉਹ ਫੱਲਾ ਹਮ ਤੋ ਕੁਛ ਕਹਿ ਵੀ ਨਹੀਂ ਸਕਦੇ ਹਾਂ ਕਹਿਣਾ ਕਿਉਂ ਇਹ ਚੁੱਕੇ ਹੀ ਫਿਰਦੇ ਹੋ ਮੈਨੂੰ ਚੰਗੇ ਫੰਕਸ਼ਨ ਕਦੋਂ ਕੱਲੇ ਨੀ ਤੂੰ ਜਦੋਂ ਮੇਰੀ ਧੀ ਕਹਿਗੀ ਤੈਨੂੰ ਗੁਜਰਾਂ ਦਾ ਫੰਕਸ਼ਨ ਕਰਾਇਆ ਤੇ ਹੈ ਹਾਏ ਅੰਮਾ ਸਾਰੀ ਰਾਤ ਨੱਚੀ ਆ ਦਿਨ ਚੜਿਆ ਮੈਂ ਕਿਹਾ ਗੁਜਰ ਬਾਦਸ਼ਾਹ ਕੁਛ ਲਾਓ ਔਤਰਿਆ ਮੇਰੇ ਮਗਰ ਸੰਡਾ ਲਾ ਤਾ ਛੱਡ ਦਿਓ ਫੋਨ ਤਾੜੀਆਂ ਮਾਰੋ ਜੀ ਤੇ ਫਿਰ ਤੈਨੂੰ ਮੈਂ ਫੰਕਸ਼ਨ ਕਰਾਇਆ ਰਾਈਆਂ ਦਾ ਹਾਏ ਰਾਈਆਂ ਦਾ ਫੰਕਸ਼ਨ ਅੰਮਾ ਆ ਸ਼ੇਖ ਤੇ ਆਵੇਂ ਕੰਜੂਸੀ ਚ ਬਦਨਾਮ ਨੇ ਜਿੱਡੇ ਰਾਏ ਕੰਜੂਸ ਨੇ ਅੱਛਾ ਉਹ ਕਿਵੇਂ ਸਾਰੀਆਂ ਕੌਮਾਂ ਸਰਦੀਆਂ ਦੀ ਹੀਟਰ ਲਾਇਆ ਰਾਈਆਂ ਹੀਟਰ ਤੇ ਨਹੀਂ ਲਾਇਆ ਅੱਛਾ 5 ਕਿਲੋ ਮੂਲੀਆਂ ਖਾ ਕੇ ਬੂਹੇ ਬਾਰੀਆਂ ਬੰਦ ਠਾ ਠਾ ਸਲੀਮੋ ਥੀਏਟਰ ਵੀ ਉਹਨਾਂ ਦਾ ਹੀ ਔਕਾਤ ਵਿੱਚ ਰਹਿ ਕੋਈ ਨਹੀਂ ਥੀਏਟਰ ਉਹਨਾਂ ਦਾ ਤੇ ਚੱਲਣਾ ਤੇ ਸਾਡੇ ਨਾਲ ਹੀ ਅਸੀਂ ਉਹਨਾਂ ਦੀਆਂ ਮਸ਼ੀਨਾਂ ਵਾ ਸਾਰੀ ਰਾਤ ਮੈਂ ਨੱਚੀ ਦਿਨ ਚੜਿਆ ਮੈਂ ਕਿਹਾ ਰਾਈ ਬਾਚਾ ਕੁਛ ਲਾਓ ਔਤਰਿਆ ਭੂਕਾ ਵਾਲਾ ਗੰਢਾ ਲਾ ਦਿੱਤਾ ਸੀ ਹਾਏ ਸਲੀਮੋ ਤੈਨੂੰ ਘੁਮਿਆਰਾਂ ਦਾ ਫੰਕਸ਼ਨ ਕਰਾਇਆ ਸੀ ਹਾਏ ਅੰਮਾ ਵੇਖਣਾ ਇਹ ਵੀ ਔਖਾ ਹੀ ਇਹ ਕੰਨਾ ਸੌਖੇ ਸਾਰੀ ਰਾਤ ਨੱਚੀ ਦਿਨ ਚੜਿਆ ਮੈਂ ਕਿਹਾ ਘੁਮਿਆਰ ਬਾਦਸ਼ਾਹ ਕੁਛ ਲਾਓ ਔਤਰਿਆ ਮੈਨੂੰ ਲਿੱਦ ਲਾ ਦਿੱਤੀ ਉਦਾਂ ਦੀ ਤੇਰੀ ਅੱਡੀ ਵੀ ਤੇਰੀ ਨਾ ਥੱਲੇ ਲੱਗਣ ਦੇ ਤੇ ਤੈਨੂੰ ਫੰਕਸ਼ਨ ਕਰਾਇਆ ਸੀ ਸ਼ੇਖਾਂ ਦਾ ਹਾਏ ਅੰਮਾ ਤੈਨੂੰ ਕੀ ਦੱਸਾਂ ਸਾਰੀ ਰਾਤ ਨੱਚੀ ਦਿਨ ਚੜਿਆ ਮੈਂ ਕਿਹਾ ਸ਼ੇਖ ਸਭ ਕੁਛ ਲਾਓ ਔਤਰਿਆ ਫਿਰ ਟੇਪ ਲਾ ਦਿੱਤੀ
ਅੰਮਾ ਤੈਨੂੰ ਯਾਦ ਹੈ ਅਹਿਮਦ ਨਗਰ ਚੱਠੇ ਜਦੋਂ ਫੰਕਸ਼ਨ ਤੇ ਗਏ ਉੱਥੇ ਬੰਦੇ ਨੇ ਧੋਤੀ ਬੰਨੀ ਸੀ ਇਹ ਉਹਦੇ ਵਿੱਚ ਵੜ ਕੇ ਕਹਿੰਦੀ ਇਹ ਕਲੋਪੀ ਕਦੋਂ ਲਵਾਈ ਜੀ ਹਰ ਫੰਕਸ਼ਨ ਤੇ ਇਹਨੂੰ ਹੀ ਸਾਂਭਣਾ ਪਿਆ ਬਿਲਕੁਲ ਸਹੀ ਕਹਿ ਰਹੀ ਹੈ ਤੇ ਤੈਨੂੰ ਫੰਕਸ਼ਨ ਕਰਾਇਆ ਸੀ ਜੱਟਾਂ ਦਾ ਹਾਂ ਜੱਟਾਂ ਦਾ ਜੇ ਹੁਣ ਤਾਂ ਕੁੱਟਾ ਲੱਗ ਪੈਂਦੇ ਨੇ ਭੁੱਖੇ ਹੁਣ ਤਾਂ ਲੁੱਟਾਂ ਲੱਗ ਪੈਂਦੇ ਨੇ ਤੇ ਫਿਰ ਕਿਹੜਾ ਫੰਕਸ਼ਨ ਹੀ ਉਹ ਰਾਣਿਆਂ ਦਾ ਫੰਕਸ਼ਨ ਦਾ ਕੀ ਬਣੇ ਹਾਏ ਰਾਣੇ ਰਾਣਿਆਂ ਦਾ ਫੰਕਸ਼ਨ ਤੇ ਮੈਂ ਗਈ ਸਾਂ ਗਾਣਾ ਸ਼ੁਰੂ ਹੋਇਆ ਦਾਣੇ ਪੇ ਦਾਣਾ ਮੇਰੀ ਅੱਖ ਖੁੱਲੀ ਤੇ ਰਾਣੇ ਤੇ ਰਾਣਾ ਨਾਲੇ ਅੰਮਾ ਰਾਣਾ ਬਣਨਾ ਕਿਹੜਾ ਮੁਸ਼ਕਲ ਤਿੰਨ ਮਹੀਨੇ ਟਕਾ ਕੇ ਝੂਠ ਬੋਲ ਤੇ ਰਾਣਾ ਤਿਆਰ ਤੇਰੇ ਵਾਲਾ ਰਾਣਾ ਝੂਠ ਬੋਲ ਕੇ ਤਿਆਰ ਹੁੰਦਾ ਮੇਰੇ ਵਾਲਾ ਤੇ ਫੀਮ ਖਾ ਕੇ ਹੁੰਦਾ ਮਰੇ ਨੀ ਮਾਂ ਤੂੰ ਤੇਰੇ ਮੱਥੇ ਤੋਂ ਵਾਲ ਉੱਡੀ ਜਾ ਰਹੇ ਨੇ ਤੂੰ ਕਿਤੇ ਸਾਡੇ ਵਾਲੀਆਂ ਟੱਕਰਾਂ ਤਾਂ ਨੀ ਖਾ ਰਿਹਾ ਨਵੇਂ ਨੋਟਾਂ ਦੀਆਂ ਕਾਪੀਆਂ ਮੇਰਾ ਖਿਆਲ ਮੇਰੀ ਧੀ ਆ ਮੇਰਾ ਬੇਟਾ ਕਿਸ ਤਰ੍ਹਾਂ ਹੈ ਮਮਾ ਯੂਨੀਵਰਸਿਟੀ ਕੀ ਛੁੱਟੀਆਂ ਹੋ ਗਈ ਸੋਚਾ ਆਪਕੇ ਸਾਥ ਟਾਈਮ ਸਪੈਂਡ ਕਰ ਸ਼ੁਕਰ ਹੈ ਨੀ ਤੁਹਾਨੂੰ ਛੁੱਟੀਆਂ ਹੁੰਦੀਆਂ ਸਾਨੂੰ ਤੇ ਛੁੱਟੀ ਵੀ ਕੋਈ ਨਹੀਂ ਨਹੀਂ ਛੁੱਟੀ ਤੇ ਬਹਿਣ ਜੋਗੇ ਵੀ ਤਾਂ ਨਹੀਂ ਨਾ ਰਹੇ ਜਾਨੀ ਮੈਂ ਤੇਰੀ ਜਾਨ ਕੱਢ ਲੈਣੀ ਆ ਉਤਰੇ ਮੇਰੀ ਧੀ ਹੈ ਜੀ ਬੱਕਰਿਆਂ ਦੇ ਟਰੱਕ ਜਦੋਂ ਲੱਥਦੇ ਨਾ ਉਹਦੇ ਵਿੱਚ ਸਭ ਤੋਂ ਐਂਡ ਤੇ ਐਂ ਜਿਹਦੀ ਦੁੰਬੀ ਸੁੱਟਦੇ ਤੇਰੀ ਗੱਲ ਹੋ ਰਹੀ ਹੈ ਬਹੁਤ ਛੰਡਈ ਲੋਕੀ ਖੁਸਰਿਆਂ ਦੇ ਨਾਲ ਐਸੀ ਐਸੀ ਗੱਲ ਕਰਦੇ ਨੇ ਕਿ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਤੁਸੀਂ ਤਾਂ ਫੇਰ ਲੜਕੀ ਹੋ ਅੰਮਾ ਇਹਨੂੰ ਕਹਿ ਦਿੱਤਾ ਕਿ ਤੁਸੀਂ ਹੁਣ ਆਪਣੇ ਸਟੂਡੈਂਟ ਲਿਆ ਕਰੋ ਮੰਮਾ ਯਹਾਂ ਰਹਿ ਸਕਦੀ ਹੈ ਤਾਂ ਮੈਂ ਕਿਉਂ ਨਹੀਂ ਆ ਸਕਦੀ ਨਿੱਤੀ ਹੈ ਮੈਨੂੰ ਤਾਂ ਕਰੋਟਕ ਨਹੀਂ ਜਾਣਦੇ ਵੇਖੋ ਬੀਬੀ ਜੀ ਵੇਖਣ ਨੂੰ ਤੇ ਤੁਹਾਡੀ ਮਾਂ ਇੱਕ ਹਿੰਜੜਾ ਅੱਖਾਂ ਜਿਹਾ ਸਰਾ ਹੈ ਲੇਕਿਨ ਉਹਦੇ ਅੰਦਰ ਜਿਹੜਾ ਇਨਸਾਨ ਹੈ ਉਹ ਬਹੁਤ ਵੱਡਾ ਹੈ ਉਹ ਥਾਂ ਥਾਂ ਨੱਚ ਕੇ ਉਹ ਚਾਹੁੰਦਾ ਕਿ ਤੁਸੀਂ ਮੁਲਕ ਦੇ ਵਿੱਚ ਇੱਕ ਵੱਡੇ ਡਾਕਟਰ ਬਣ ਜਾਵੋ ਜਿਸ ਵੇਲੇ ਵੱਡੇ ਡਾਕਟਰ ਬਣ ਕੇ ਇਹਨਾਂ ਗਰੀਬਾਂ ਦਾ ਫ੍ਰੀ ਇਲਾਜ ਕਰੋਗੇ ਤੇ ਉਹਨਾਂ ਨੂੰ ਕਿੰਨਾ ਸੁੱਖ ਹੋਏਗਾ ਜਿੱਦਾਂ ਤੁਸੀਂ ਵੱਡੇ ਡਾਕਟਰ ਬਣ ਗਏ ਨਾ ਸਭ ਤੋਂ ਪਹਿਲੇ ਆਪਣੀ ਮਾਂ ਨੂੰ ਸੁੰਨ ਕਰਨ ਵਾਲਾ ਟੀਕਾ ਲਾਉਣਾ ਜੀ ਜਾਨੀ ਤੂੰ ਚਾਹੁੰਦਾ ਕਿ ਤੇਰੀ ਤਨਖਾਹ ਵੱਧ ਜਾਏ ਹਾਂਜੀ ਕਿਤੇ ਹੋਰ ਲੱਗ ਜਾਨੀ ਇਹ ਛੋਟੂ ਕੌਣ ਹੈ ਇਹ ਖੁਸਰਿਆਂ ਦਾ ਵੈਕਿਊਮ ਕਲੀਨਰ ਹੈ ਜਿਹੜੀਆਂ ਸੋਫੇ ਥੱਲੇ ਵੇਲਾਂ ਡਿੱਗਦੀਆਂ ਨਾ ਉਹ ਖਿੱਚਦਾ ਅੱਛਾ ਇਹ ਉਹ ਨਾ ਮੇਰੇ ਦਾ ਛੰਨ ਤੇ ਆਣਾ ਨਹੀਂ ਸੋਟੀ ਇਹ ਪੁੱਤਰ
ਇੱਕ ਬੱਚਾ ਹੋਇਆ ਸੀ ਖੁਸਰੇ 'ਚ ਤੇ ਖੁਸਰੇ ਦਾ ਬਚਦਾ ਤਾਂ ਨਹੀਂ ਇਹ ਬਚ ਗਿਆ ਸੀ। ਇੱਧਰ ਚੈਂਬਰ ਵਾਲੇ ਪਾਸੇ ਨਾ ਜਾਈ ਅੰਮਾ ਜਿਨ੍ਹਾਂ ਦੇ ਬੈਨਰ ਲੁਕਾਏ ਨਹੀਂ ਉਹ ਬੰਦੇ ਲੱਭਦੇ।